ਅਮਿਤਾਭ ਬੱਚਨ ਦੇ ਕੋਲੋਂ 2 ਕਰੋੜ ਲੈਣ ਦਾ ਧੰਨਵਾਦ ਸਿਰਸਾ ਸਾਹਿਬ ਨੇ ਪ੍ਰੈਸ ਕਾਨਫਰੰਸ ਵਿੱਚ ਕੀਤਾ ਹੈਗਾ। ਕੋਈ ਧੰਨਵਾਦ ਦੀ ਗੱਲ ਨਹੀਂ ਕੀਤੀ ਗਈ, ਉੱਥੇ ਇੱਕੋ ਗੱਲ ਕੀਤੀ ਗਈ ਕਿ ਦੱਸਿਆ ਗਿਆ ਕਿ ਬੜੀ ਵੱਡੀ ਇੱਕ ਰਾਸ਼ੀ ਹੈ ਅਮਿਤਾਭ ਬੱਚਨ ਜੀ ਨੇ ਦਿੱਤੀ ਹੈ। ਮਨਜਿੰਦਰ ਸਿੰਘ ਸਿਰਸਾ ਜੀ ਨੇ ਔਨ ਰਿਕਾਰਡ ਕਹਿ ਕੇ ਕਿ ਮੈਂ ਵਿਸ਼ੇਸ਼ ਤੌਰ ਦੇ ਉੱਤੇ ਅਮਿਤਾਭ ਬੱਚਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ। ਗੁਰੂ ਘਰ ਦੇ ਵਿੱਚ ਜਿਹੜਾ ਬੰਦਾ ਪੈਸੇ ਦਿੰਦਾ ਜਾਂ ਗੁਰੂ ਘਰ ਦੀ ਗੋਲਕ ਦੇ ਵਿੱਚ ਪੈਸੇ ਪਾਉਂਦਾ, ਔਨਲਾਈਨ ਟ੍ਰਾਂਸਫਰ ਕਰਦਾ, ਇਹਦੇ ਵਿੱਚ ਕਿਆ ਮੇਰੇ ਕੋਲ ਜਾਂ ਤੁਹਾਡੇ ਕੋਲ ਇਖਤਿਆਰ ਹੈ ਕਿ ਅਸੀਂ ਕਿੰਤੂ ਪਰੰਤੂ ਕਰ ਸਕਦੇ ਹਾਂ? ਜਿਹਦੇ ਅਪੀਲ ਦੇ ਉੱਤੇ ਕਤਲਿਆਂ ਹੋਇਆ ਐਸੀ ਸ਼ਖਸੀਅਤ ਅਮਿਤਾਭ ਬੱਚਨ ਦੇ ਕੋਲੋਂ ਪੈਸੇ ਲੈਣ ਦੀ ਕੀ ਲੋੜ? 6 ਸਾਲ ਤੁਸੀਂ ਪ੍ਰਧਾਨ ਰਹੇ ਹੋ, 12 ਸਾਲ ਸਰਨਾ ਸਾਹਿਬ ਪ੍ਰਧਾਨ ਰਹੇ ਹੈ, 18 ਸਾਲ ਦੇ ਵਿੱਚ ਤੁਸੀਂ ਉਹਦੇ ਖਿਲਾਫ਼ ਚਾਰਜਸ਼ੀਟ ਕਿਉਂ ਨਹੀਂ ਕਰਾਈ ਅਗਰ ਕੋਈ ਗਲਤ ਸੀ ਤਾਂ? ਮੈਨੂੰ ਦੱਸੋ ਕਿ 1984 ਤੋਂ ਲੈ ਕੇ ਅੱਜ ਤੱਕ 16 ਕਮਿਸ਼ਨ ਜਾਂਚ ਕਮਿਸ਼ਨ ਬੈਠੇ ਨੇ, ਇੱਕ ਦੇ ਵਿੱਚ ਵੀ ਅਮਿਤਾਭ ਬੱਚਨ ਦਾ ਨਾਮ ਆਇਆ? ਕਤਲਿਆਂ ਪੀੜਤਾਂ ਦਾ ਕਹਿਣਾ ਹੈਗਾ ਕਿ ਅਸੀਂ ਆਪਣੀ ਕਿਡਨੀਆਂ ਆਪਣੇ ਸਰੀਰ ਦੇ ਅੰਗ ਆਪਣਾ ਘਰ ਵੇਚਣ ਨੂੰ ਤਿਆਰ ਹਾਂ, ਮਗਰ ਦਿੱਲੀ ਕਮੇਟੀ 2 ਕਰੋੜ ਰੁਪਇਆ ਵਾਪਸ ਕਰੇ। ਉਹਨਾਂ ਨੇ 34-35 ਸਾਲਾਂ ਦੇ ਵਿੱਚ ਕਿਉਂ ਨਹੀਂ ਆ ਕੇ ਸਰਦਾਰ HS ਫੁਲਕਾ ਜਿਹੜਾ ਉਹਨਾਂ ਦੇ ਕੇਸ ਲੜਦਾ ਸੀ ਉਹਨਾਂ ਨਾਲ ਗੱਲ ਕੀਤੀ ਕਿ ਵੀ ਤੁਸੀਂ ਦੇ ਕੇਸ ਖੋਲੋ, ਕਿਉਂ ਨਹੀਂ ਆ ਕੇ ਉਹਨਾਂ ਨੇ ਧਰਨੇ ਦਿੱਤੇ ਸਰਦਾਰ ਮਨਜੀਤ ਸਿੰਘ GK ਦੇ ਅੱਗੇ, ਸਰਦਾਰ ਪਰਮਜੀਤ ਸਿੰਘ ਸਰਨੇ ਦੇ ਅੱਗੇ ਜਦੋਂ ਪ੍ਰਧਾਨ ਸੀ ਕਿ ਬਈ ਇਹਨੂੰ ਚਾਰਜਸ਼ੀਟ ਕਰਵਾਇਆ ਜਾਏ, ਅਮਿਤਾਭ ਬੱਚਨ ਦੀ ਇਨਵੋਲਵਮੈਂਟ ਸ਼ੋਅ ਕੀਤੀ ਜਾਏ? ਮੈਂ ਇਲਜ਼ਾਮ ਉਹਨੂੰ ਮੰਨਾਂ ਜਦੋਂ ਉਹਦੇ ਖਿਲਾਫ਼ ਕੋਈ ਕੋਰਟ ਦੇ ਵਿੱਚ ਕਾਰਵਾਈ ਹੋਈ, ਕੋਈ ਕੇਸ ਹੋਇਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ। ਸਾਡੇ ਨਾਲ ਸਰ ਹਰਮੀਤ ਸਿੰਘ ਕਾਲਕਾ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਰਮੀਤ ਸਿੰਘ ਜੀ, ਜਿੱਥੇ ਇੱਕ ਪਾਸੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਕੋਵਿਡ ਦੀ ਸੇਵਾ ਚੱਲ ਰਹੀ ਹੈ, ਦੂਜੇ ਪਾਸੇ ਇੱਕ ਵਿਵਾਦ ਜਿਹੜਾ ਖੜਾ ਹੋਇਆ, ਕਿਉਂਕਿ ਅਸੀਂ ਚਾਹੁੰਦੇ ਹੈਗੇ ਸੀ ਕਿ ਜਿੱਥੇ ਵਿਰੋਧ ਦੇ ਸੁਰ ਸ਼ੁਰੂ ਹੋਏ ਨੇ ਦਿੱਲੀ ਕਮੇਟੀ ਦਾ ਪੱਖ ਵੀ ਆਏ। ਅਮਿਤਾਭ ਬੱਚਨ ਦੇ ਕੋਲੋਂ 2 ਕਰੋੜ ਲੈਣ ਦਾ ਧੰਨਵਾਦ ਸਿਰਸਾ ਸਾਹਿਬ ਨੇ ਪ੍ਰੈਸ ਕਾਨਫਰੰਸ ਵਿੱਚ ਕੀਤਾ ਹੈਗਾ। ਸੰਗਤ ਵੱਲੋਂ, ਅਪੋਜੀਸ਼ਨ ਵੱਲੋਂ ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਇਸ਼ੂ ਬਣ ਚੁੱਕਾ ਹੈਗਾ ਕਿ ਜਿੱਦਾਂ ਨਾਮ 84 ਦੇ ਕਾਤਲਾਂ ਦੀ ਲਿਸਟ ਵਿੱਚ ਹੈ ਕਿ ਜਿਹਦੇ ਅਪੀਲ ਦੇ ਉੱਤੇ ਕਤਲਿਆਂ ਹੋਇਆ, ਐਸੀ ਸ਼ਖਸੀਅਤ ਅਮਿਤਾਭ ਬੱਚਨ ਦੇ ਕੋਲੋਂ ਪੈਸੇ ਲੈਣ ਦੀ ਕੀ ਲੋੜ ਸੀ? ਦੇਖੋ, ਪਹਿਲੀ ਗੱਲ ਤਾਂ ਜਿੱਥੇ ਤੱਕ ਮੇਰੀ ਨੌਲੇਜ ਦੀ ਗੱਲ ਹੈ, ਕੋਈ ਧਰਵਾਨ ਦੀ ਗੱਲ ਨਹੀਂ ਕੀਤੀ ਗਈ, ਉੱਥੇ ਇੱਕੋ ਗੱਲ ਕੀਤੀ ਗਈ ਕਿ ਦੱਸਿਆ ਗਿਆ ਕਿ ਬੜੀ ਵੱਡੀ ਇੱਕ ਰਾਸ਼ੀ ਹੈ ਅਮਿਤਾਭ ਬੱਚਨ ਜੀ ਨੇ ਦਿੱਤੀ ਹੈ। ਲੋਕਾਂ ਦੇ ਹਰ ਪੈਸਾ ਜਿਹੜਾ ਵੀ ਆਉਂਦਾ, ਚਾਹੇ 2 ਕਰੋੜ ਰੁਪਏ ਆ ਚਾਹੇ 2 ਰੁਪਏ ਨੇ, ਅਸੀਂ ਉਹਦਾ ਧੰਨਵਾਦ ਕਰਨਾ ਬਤੌਰ ਪ੍ਰਬੰਧਕ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕ ਸਾਡੇ 'ਤੇ ਵਿਸ਼ਵਾਸ ਕਰਕੇ ਪੈਸੇ ਦੇ ਰਹੇ ਨੇ ਔਰ ਲੋਕਾਂ ਦੇ ਪੈਸੇ ਨੂੰ ਠੀਕ ਜਗ੍ਹਾ 'ਤੇ ਲਗਾਉਣਾ ਇਹ ਪ੍ਰਬੰਧਕ ਦੀ ਜ਼ਿੰਮੇਵਾਰੀ ਹੁੰਦੀ ਹੈ। ਔਰ ਉਹਦੇ ਵਿੱਚ ਜੇ ਅਮਿਤਾਭ ਬੱਚਨ ਨੇ ਪੈਸੇ ਦਿੱਤੇ ਹੈ, ਔਨਲਾਈਨ ਪੈਸੇ ਟ੍ਰਾਂਸਫਰ ਹੋਏ, ਉਹਦੇ ਵਿੱਚ RTGS ਦੇ ਵਿੱਚ ਇਸ ਵਕਤ ਨਾਮ ਆਇਆ ਕਿ ਇੰਨੀ ਵੱਡੀ ਰਾਸ਼ੀ 2 ਕਰੋੜ ਰੁਪਏ ਆਈ ਹੈ, ਅਤੇ ਕਿਹਦੇ ਨਾਮ 'ਤੇ ਆਈ ਹੈ? ਅਮਿਤਾਭ ਬੱਚਨ ਦੇ ਆਈ ਹੈ। ਅਸੀਂ ਬੈਂਕ ਤੋਂ ਚੈੱਕ ਕਰਾਵਾਂਗੇ ਕਿ ਵੀ ਇਹ ਪੈਸੇ ਵਾਕਈ ਟ੍ਰਾਂਸਫਰ ਕਿਸੇ ਨੇ ਐਜ਼ ਅ ਚੈਰਿਟੀ ਦਿੱਤੀ ਹੈ ਜਾਂ ਐਜ਼ ਅ ਕਿ ਕਈ ਵਾਰ ਬੈਂਕਾਂ ਦੀ ਗਲਤੀ ਕਰਕੇ ਹੋ ਸਕਦਾ। ਸੋ ਜਿਸ ਵਕਤ ਪਤਾ ਚੱਲਿਆ ਔਰ ਉਹਨਾਂ ਦੇ ਬੈਂਕ ਦੇ ਮੈਨੇਜਰ ਦੇ ਥਰੂ ਉੱਥੋਂ ਗੱਲ ਪਤਾ ਚੱਲੀ ਕਿ ਉਹਨਾਂ ਨੇ ਟ੍ਰਾਂਸਫਰ ਕਰਵਾਏ ਨੇ ਪੈਸੇ ਐਜ਼ ਅ ਚੈਰਿਟੀ, ਮੈਂ ਸਮਝਦਾ ਕਿ ਇਹਦੇ ਉੱਤੇ ਵਿਵਾਦ ਕਰਨਾ, ਇਹਦਾ ਕੋਈ ਰਾਈਟ ਮੇਰੇ ਹਿਸਾਬ ਦੇ ਨਾਲ ਕਿਸੇ ਲੋਕਾਂ ਕੋਲ ਨਹੀਂ ਹੈ। ਕਿਉਂਕਿ ਗੁਰੂ ਘਰ ਦੇ ਵਿੱਚ ਜਿਹੜਾ ਬੰਦਾ ਪੈਸੇ ਦਿੰਦਾ ਜਾਂ ਗੁਰੂ ਘਰ ਦੀ ਗੋਲਕ ਦੇ ਵਿੱਚ ਪੈਸੇ ਪਾਉਂਦਾ, ਔਨਲਾਈਨ ਟ੍ਰਾਂਸਫਰ ਕਰਦਾ, ਇਹਦੇ ਵਿੱਚ ਕਿਆ ਮੇਰੇ ਕੋਲ ਜਾਂ ਤੁਹਾਡੇ ਕੋਲ ਇਖਤਿਆਰ ਹੈ ਕਿ ਅਸੀਂ ਕਿੰਤੂ ਪਰੰਤੂ ਕਰ ਸਕਦੇ ਹਾਂ? ਕਿ ਗੁਰ ਦੇ ਅਤੇ ਅਕੀਦਾ ਪੇਂਟ ਕਰ ਰਿਹਾ ਗੁਰੂ ਨੂੰ ਅਤੇ ਉਹਦਾ ਫੈਸਲਾ ਲਵਾਂਗਾ, ਮੈਂ ਲਵਾਂਗਾ। ਇਹਦੇ ਵਿੱਚ ਜਿਹੜੇ ਵੀ ਓਪੋਜੀਸ਼ਨ ਵਾਲੇ ਨੇ ਬੋਲਣਾ ਸ਼ੁਰੂ ਕੀਤਾ, ਦੇਖੋ ਉਹਨਾਂ ਦਾ ਕੰਮ ਹੈ। ਜਿਸ ਵਕਤ ਕੋਵਿਡ ਸੈਂਟਰ ਇੱਥੋਂ ਸ਼ੁਰੂ ਕੀਤਾ, ਉਹਨਾਂ ਨੇ ਤਾਂ ਪ੍ਰੋਬਲਮ ਸ਼ੁਰੂ ਹੋ ਗਈਆਂ ਜੀ ਕਿ ਇੱਥੇ ਗੁਰਦੁਆਰੇ ਦੇ ਵਿੱਚ ਤੁਸੀਂ ਲੋਕਾਂ ਨੂੰ ਆਉਣ ਨੂੰ ਰੋਕ ਰਹੇ ਹੋ ਜੀ, ਲੋਕ ਮੱਥਾ ਟੇਕਣ ਆਉਣਗੇ ਉਹ ਬਿਮਾਰ ਹੋ ਜਾਣਗੇ, ਕਿਹੜੀ ਜਗ੍ਹਾ ਇਸ ਤਰ੍ਹਾਂ ਜੀ? ਜਿੰਨੀ ਦੂਰੀ ਦੇ ਉੱਤੇ ਇੱਥੋਂ ਕੋਵਿਡ ਸੈਂਟਰ ਔਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੂਰ ਹੈ, ਉਸ ਤੋਂ ਕਈ ਘੱਟ ਦੂਰੀ ਦੇ ਉੱਤੇ ਹਰ ਘਰ ਦੇ ਨਾਲ ਅੱਜ ਕੋਵਿਡ ਦੇ ਪੇਸ਼ੈਂਟ ਹੋ ਰੱਖੇ ਨੇ। ਫਿਰ ਇਹਨਾਂ ਨੇ ਸਟਾਫ ਨੂੰ ਬਰਗਲਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਕੋਈ ਐਸੀ ਕਸਰ ਨਹੀਂ ਛੱਡੀ ਕਿ ਸਿੱਖ ਕੌਮ ਨੂੰ ਬਦਨਾਮ ਕੀਤਾ ਜਾਏ। ਮਗਰ ਅੱਜ ਮਹਾਰਾਜ ਦੀ ਕਿਰਪਾ ਸਦਕਾ ਜੋ ਅਸੀਂ ਫੈਸਲੇ ਲਏ, ਜੋ ਸੰਗਤ ਦਾ ਸਹਿਯੋਗ ਦਿੱਤਾ ਔਰ ਸੰਗਤ ਨੇ ਇਸ ਗੱਲ ਦੇ ਵਿੱਚ, ਤੁਸੀਂ ਦੇਖੋ ਅੱਜ ਲਾਈਨ ਲੱਗੀ ਹੋਈ ਹੈ ਬਾਹਰ ਵੋਲੰਟੀਅਰਸ ਦੀ, ਲਾਈਨ ਲੱਗੀ ਹੋਈ ਉਹਨਾਂ ਲੋਕਾਂ ਦੀ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਸੇਵਾ ਮੰਗ ਰਹੇ ਹੋ ਕਿ ਕੋਈ ਕਹਿੰਦਾ ਮੈਨੂੰ ਚਾਹ ਦੀ ਸੇਵਾ ਦਿੱਤੀ ਜਾਏ, ਕੋਈ ਕਹਿੰਦਾ ਮੈਨੂੰ ਚਾਹ ਦੇ ਨਾਲ ਬਿਸਕਿਟ ਦੀ ਸੇਵਾ ਦਿੱਤੀ ਜਾਏ, ਕੋਈ ਕਹਿ ਰਿਹਾ ਜੀ ਕਿ ਮੈਨੂੰ ਡਰਾਈ ਫਰੂਟ ਦੀ ਸੇਵਾ ਕੀਤੀ ਜਾਏ, ਇੱਕ ਕਿਸੇ ਨੇ ਆਪਣੇ ਨਾਰੀਅਲ ਪਾਣੀ ਦੀ ਸੇਵਾ ਲਈ ਹੈ। ਇਹ ਦਿੱਲੀ ਦੀ ਸੰਗਤ ਹੈ ਜਿਹੜਾ ਸਹਿਯੋਗ ਨਾਲ ਕਰ ਰਹੀ ਹੈ। ਇਨ ਲੋਕਾਂ ਕੋਲੋਂ ਇਸ ਚੀਜ਼ ਬਰਦਾਸ਼ਤ ਨਹੀਂ ਹੋਈ ਕਿ ਇਹ ਪੈਸੇ ਆਏ ਨੇ ਅਸੀਂ ਇਹਨਾਂ ਦੇ ਉੱਤੇ ਕਿੰਤੂ ਪਰੰਤੂ ਕਰੀਏ। ਮੈਨੂੰ ਇਹ ਬੜੀ ਹੈਰਾਨੀ ਹੁੰਦੀ ਹੈ। ਕੱਲ੍ਹ ਮੈਂ ਸਰਦਾਰ ਮਨਜੀਤ ਸਿੰਘ GK ਦੀ ਫੇਸਬੁੱਕ ਦੇ ਉੱਤੇ ਦੇਖ ਰਿਹਾ ਸੀ ਕਿ ਜੇ ਸਾਡੀ ਪਾਰਟੀ ਆਏਗੀ ਤਾਂ ਅਸੀਂ ਇਹ ਪੈਸੇ ਵਾਪਸ ਕਰਾਂਗੇ। ਬੜੀ ਹੈਰਾਨੀ ਦੀ ਗੱਲ ਹੈ, 6 ਸਾਲ ਤੁਸੀਂ ਪ੍ਰਧਾਨ ਰਹੇ ਹੋ, 12 ਸਾਲ ਸਰਨਾ ਸਾਹਿਬ ਪ੍ਰਧਾਨ ਰਹੇ ਹੈ, 18 ਸਾਲ ਦੇ ਵਿੱਚ ਤੁਸੀਂ ਉਹਦੇ ਖਿਲਾਫ਼ ਚਾਰਜਸ਼ੀਟ ਕਿਉਂ ਨਹੀਂ ਕਰਾਈ ਅਗਰ ਕੋਈ ਗਲਤ ਸੀ ਤਾਂ?
ਮੈਂ ਕਿਸੇ ਦੀ ਕਿਸੇ ਨੂੰ ਸਫਾਈ ਦੇਣ ਵਾਸਤੇ ਨਹੀਂ ਇੱਥੇ ਬੈਠਾ, ਨਾ ਮੈਂ ਸਫਾਈ ਅਮਿਤਾਬ ਬੱਚਨ ਨੂੰ ਦੇਣੀ ਹੈ, ਨਾ ਮੈਂ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਦੇਣੀ ਹੈ। ਬਟ ਅੱਜ ਤੁਸੀਂ ਇਲਜ਼ਾਮ ਲਾ ਰਹੇ ਹੋ ਉੱਤੇ, ਤੇ ਤੁਸੀਂ 18 ਸਾਲਾਂ ਦੇ ਵਿੱਚ ਕਿਉਂ ਨਹੀਂ ਕੌਮ ਦੇ ਲਈ ਇਹ ਲੜਾਈ ਲੜੀ ਜੀ, ਕਿਉਂ ਨਹੀਂ ਆਵਾਜ਼ ਉਠਾਈ? ਮੈਨੂੰ ਦੱਸੋ ਕਿ 1984 ਤੋਂ ਲੈ ਕੇ ਅੱਜ ਤੱਕ 16 ਕਮਿਸ਼ਨ, ਜਾਂਚ ਕਮਿਸ਼ਨ ਬੈਠੇ ਨੇ, ਇੱਕ ਦੇ ਵਿੱਚ ਵੀ ਅਮਿਤਾਬ ਬੱਚਨ ਦਾ ਨਾਮ ਆਇਆ? ਇੱਕ ਜਗ੍ਹਾ ਦੇ ਉੱਤੇ ਵੀ ਕਿਸੇ ਸਿੱਖ ਫੋਰਮ ਨੇ, ਕਿਸੇ ਜਥੇਬੰਦੀ ਨੇ, ਕਿਸੇ ਚੀਫ ਖਾਲਸਾ ਦੀਵਾਨ ਨੇ, ਕਿਸੇ ਸ਼੍ਰੋਮਣੀ ਕਮੇਟੀ ਨੇ, ਦਿੱਲੀ ਕਮੇਟੀ ਦੇ ਕਿਸੇ ਪ੍ਰਧਾਨ ਨੇ ਜਿਹੜੇ ਇੰਨੇ ਸਾਲਾਂ 'ਚ ਰਹੇ ਨੇ, ਕਿਸੇ ਨੇ ਕਦੀ ਅਮਿਤਾਬ ਬੱਚਨ ਦਾ ਨਾਮ ਲਿਆ? ਅੱਜ ਕਿਉਂਕਿ ਇਹ ਰਾਸ਼ੀ ਆਉਣ ਦੇ ਨਾਲ ਇੱਕ ਲਾਈਨ ਬਣਦੀ ਹੈ ਕਿ ਦੇਖੋ ਹਿੰਦੁਸਤਾਨ ਦੇ ਇੰਨੇ ਵੱਡੇ ਸੁਪਰ ਸਟਾਰ ਨੇ ਦਿੱਤਾ, ਕੱਲ੍ਹ ਹੋਰ ਬੰਦੇ ਵੀ ਨਾਲ ਦੇ ਸਕਦੇ ਨੇ, ਇਹਨਾਂ ਨੂੰ ਅੱਜ ਮਨਜੀਤ ਸਿੰਘ ਜੀਕੇ ਨੂੰ ਆਪਣੀ ਦੁਕਾਨ ਚਲਾਉਣੀ ਪੈਗੀ? ਵੀ ਬਈ ਭਲੇ ਲੋਕ, ਤੇਰੇ ਸਭ ਤੋਂ ਪਹਿਲਾਂ ਤਾਂ ਤੇਰਾ ਫਰਜ਼ ਬਣਦਾ ਹੈ ਕਿ ਜਿੰਨੇ ਇਲਜ਼ਾਮ ਤੁਹਾਡੇ 'ਤੇ ਲੱਗੇ ਨੇ, ਤੁਹਾਡੇ 'ਤੇ ਉੱਤੇ ਸਰਕਾਰੋਂ ਕੋਰਟ ਦੇ ਉੱਤੇ FIR ਦਰਜ ਹੋਈਆਂ ਨੇ, ਤੁਸੀਂ ਆਪਣੇ ਜਵਾਬ ਦੇਵੋ, ਆਪਣੇ ਪੈਸੇ ਜਮ੍ਹਾਂ ਕਰਾਓ। ਤੁਸੀਂ ਕਹਿ ਰਹੇ ਜੀ ਅਸੀਂ 2 ਕਰੋੜ ਰੁਪਇਆ ਆ ਕੇ ਦੇਵਾਂਗੇ। ਸੋ ਮੈਂ ਸਮਝਦਾ ਲੋਕਾਂ ਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮਗਰ ਲੋਕ ਇਹਨਾਂ ਦੀ ਗੱਲਾਂ 'ਚ ਆਉਣ ਵਾਲੇ ਨਹੀਂ ਨੇ। ਹਰਮੀਤ ਸਿੰਘ ਜੀ, 2 ਗੱਲਾਂ ਤੁਹਾਡੀ ਅੱਜ ਦੀ ਇਹ ਗੱਲ ਤੋਂ ਹੀ ਨਿਕਲਦੀਆਂ ਨੇ ਕਿ ਦੇਖੀ ਜੋ ਕੋਵਿਡ ਦੇ ਲਈ ਰਕਾਬਗੰਜ ਸਾਹਿਬ ਵਿੱਚ ਸੈਂਟਰ ਬਣਾਇਆ ਗਿਆ, ਮੁਬਾਰਕ ਹੈ। ਕੌਮ ਦੇ ਲਈ, ਸਿੱਖ ਕੌਮ ਦੇ ਲਈ ਇੱਕ ਬੜਾ ਵੱਡਾ ਉਪਰਾਲਾ ਹੈਗਾ, ਪੂਰੀ ਦੁਨੀਆ ਇਸ ਗੱਲ ਦੀ ਸਿਫਤ ਕਰ ਰਹੀ ਹੈਗੀ, ਉਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੈ। ਮਗਰ ਤੁਸੀਂ ਹੁਣੇ ਫਿਰ ਇੱਕ ਅਲਫਾਜ਼ ਵਰਤੇ ਨੇ ਕਿ ਸਾਡੇ ਵੱਲੋਂ ਕੋਈ ਧੰਨਵਾਦ ਨਹੀਂ ਦਿੱਤਾ ਗਿਆ, ਪ੍ਰੈਸ ਕਾਨਫਰੰਸ ਦੀ ਰਿਕਾਰਡਿੰਗ ਤੁਸੀਂ ਕਹੋ, ਮੈਂ ਤੁਹਾਨੂੰ ਹੁਣੇ ਦਿਖਾ ਸਕਦਾ, ਮਨਜਿੰਦਰ ਸਿੰਘ ਸਿਰਸਾ ਜੀ ਨੇ ਔਨ ਰਿਕਾਰਡ ਕਿਹਾ ਗਿਆ ਕਿ ਮੈਂ ਵਿਸ਼ੇਸ਼ ਤੌਰ ਦੇ ਉੱਤੇ ਅਮਿਤਾਬ ਬੱਚਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ 2 ਕਰੋੜ ਦੀ ਰਾਸ਼ੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ, ਔਰ ਸਾਡੇ ਨਾਲ ਕਈ ਵਾਰ ਗੱਲਬਾਤ ਹੋਣ 'ਤੇ ਉਸ ਜਿਹੜੇ ਕੋਨਸਟੀਟਿਊਟਰ ਨੇ ਉਹ ਵੀ ਦੇ ਰਹੇ ਨੇ। ਇਟ ਮੀਨਸ ਉਹਨਾਂ ਦੀ ਗੱਲਾਂ ਤੋਂ ਲੱਗਦਾ ਹੈਗਾ ਕਿ ਅਮਿਤਾਬ ਬੱਚਨ ਦੇ ਟੱਚ 'ਚ ਨੇ। ਤੁਸੀਂ ਕਹਿ ਰਹੇ ਕਿਉਂਕਿ ਅਕਾਊਂਟ ਹੀ 'ਚ ਆਇਆ, ਤੁਹਾਨੂੰ ਪਤਾ ਨਹੀਂ, ਅਤੇ ਇਹ ਵਖਰੇਵਾ ਜਿਹੜਾ ਹੈਗਾ, ਮੈਂ ਤੁਹਾਨੂੰ ਦੱਸਦਾ ਇਹਦੀ ਕੋਈ ਵਖਰੇਵਾ ਨਹੀਂ ਹੈ, ਇਹ ਵਖਰੇਵਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। RTGS ਜਿਸ ਵਕਤ ਬੈਂਕ ਦੇ ਵਿੱਚ ਹੁੰਦੀ ਹੈ, ਉਹਦੇ ਵਿੱਚ ਜਿਹੜਾ ਬੰਦਾ ਦਿੰਦਾ ਹੈ ਉਹਦਾ ਨਾਮ ਆਉਂਦਾ, ਜਦ ਉਹ ਨਾਮ ਸਾਹਮਣੇ ਆ ਰਿਹਾ ਹੈ ਤੇ ਅਸੀਂ ਉਹਦਾ ਨਾਮ ਲਵਾਂਗੇ ਕਿਉਂ ਨਹੀਂ? ਅਸੀਂ ਜਦ ਬੰਗਲਾ ਸਾਹਿਬ ਦੀ ਸਟੇਜਾਂ ਦੇ ਉੱਤੇ ਜਿਹੜਾ 2100 ਰੁਪਏ ਦੀ ਭੇਟਾ ਦਿੰਦਾ, ਅਸੀਂ ਉਹਦਾ ਨਾਮ ਵੀ ਲੈਂਦੇ ਹਾਂ, ਜੇ 2 ਕਰੋੜ ਵਾਲੇ ਦਾ ਉਹਨਾਂ ਨੇ ਗੱਲ ਕੀ ਹੈ? ਦੇਖੋ ਗੱਲਾਂ ਨੂੰ ਘੁਮਾਉਣ ਦੀ ਬੜੀ ਕੋਸ਼ਿਸ਼ ਕੀਤੀ ਜਾ ਸਕਦੀ, ਔਰ ਇਹਦਾ ਐਕਸਪਲੇਨੇਸ਼ਨ ਸਰਸਾ ਸਾਹਿਬ ਆਪ ਦੇ ਸਕਦੇ ਨੇ। ਬਟ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜੇ ਵਰਡਸ ਉਹਨਾਂ ਨੇ ਆਪਣੇ ਫੇਸਬੁੱਕ ਦੇ ਉੱਤੇ ਪਾਏ ਨੇ ਕਿ ਮੈਂ ਸਿੱਖਾਂ ਦੀ ਸੇਵਾ ਨੂੰ ਸਲਾਮ ਕਰਦਾ, ਉਹਨਾਂ ਦਾ ਧੰਨਵਾਦ ਕਰਦੇ ਆ। ਹੁਣ ਉਹਨੂੰ ਤੁਸੀਂ ਰਾਸ਼ੀ ਦੇ ਨਾਲ ਜੋੜ ਲਓ, ਅਤੇ ਰਾਸ਼ੀ 'ਤੇ ਅਸੀਂ 2 ਰੁਪਏ ਵਾਲੇ ਨੂੰ ਵੀ ਦੇਵਾਂਗੇ ਕਿ ਜਿਹਨੇ ਇਸ ਔਖੇ ਸਮੇਂ ਦੇ ਵਿੱਚ ਜਿਹੜੀ ਆ ਗੁਰੂ ਘਰ ਦੇ ਵਿੱਚ ਸੇਵਾਵਾਂ ਕਰ ਰਿਹਾ, ਕਿਉਂਕਿ ਲੋਕ ਉਹ ਬਹੁਤ ਨੇ ਜਿਹੜੇ 2000 ਰੁਪਇਆ ਨਹੀਂ ਦਿੰਦੇ ਮਗਰ 2 ਲੱਖ ਵਾਰ ਕ੍ਰਿਟੀਸਾਈਜ਼ ਕਰਦੇ ਨੇ, ਔਰ ਗੱਲਾਂ ਇਹੋ ਜਿਹੀਆਂ ਕਰਦੇ ਨੇ ਕਿ ਉਹਨਾਂ ਤੋਂ ਵੱਡਾ ਤਨਾੜ ਕੋਈ ਨਹੀਂ ਹੈ, ਉਹਨਾਂ ਤੋਂ ਵੱਡਾ ਕੋਈ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਚਲਾਉਣ ਵਾਲਾ ਕੋਈ ਨਹੀਂ, ਜਿਨ੍ਹਾਂ ਨੇ ਅੱਜ ਤੱਕ ਕਦੀ ਕੁਛ ਨਹੀਂ ਕੀਤਾ। ਮਗਰ ਜਦ ਅਸੀਂ ਉਹਨਾਂ ਨੂੰ ਪ੍ਰੈਕਟੀਕਲੀ ਆ ਕੇ ਇੱਥੇ ਕਿਹਾ ਕਿ ਸਾਡੇ ਨਾਲ ਖਲੋ ਕੇ ਗੱਲ ਕਰੋ, ਅੱਜ ਦਿੱਲੀ ਕਮੇਟੀ ਦੇ ਮੈਂਬਰ ਸਾਹਿਬਾਨ ਤੁਹਾਡੇ ਸਾਹਮਣੇ 7 ਮੈਂਬਰ ਹੁਣੇ ਵੀ ਬੈਠੇ ਆ, ਅੱਜ ਹੋਸਪਿਟਲ ਦੇ ਵਿੱਚ ਖੜ੍ਹੇ ਹੋ ਕੇ ਅਸੀਂ ਡਿਊਟੀਆਂ ਦੇ ਰਹੇ ਹਾਂ, ਕਿਆ ਸਾਡੇ ਘਰ ਬੱਚੇ ਨਹੀਂ ਨੇ? ਸਾਡੇ ਘਰ ਨਹੀਂ, ਸਾਡੀ ਜ਼ਿੰਮੇਵਾਰੀ ਹੈ। ਅਸੀਂ ਕਦੇ ਵੀ ਕਿਸੇ ਨੂੰ ਅੱਛੇ ਕੰਮ ਅਸੀਂ ਕ੍ਰਿਟੀਸਾਈਜ਼ ਨਹੀਂ ਕਰਾਂਗੇ। ਮੈਨੂੰ ਇੱਕ ਗੱਲ ਦੱਸ ਦਿਓ ਕਿ ਪਿਛਲੇ 1.5 ਸਾਲ ਦੇ ਵਿੱਚ ਕਿਆ ਦਿੱਲੀ ਕਮੇਟੀ ਦਾ ਜਾਂ ਦਿੱਲੀ ਦੇ ਸਿੱਖਾਂ ਦਾ ਜਾਂ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ ਅਕਸ ਉੱਚਾ ਹੋਇਆ ਕਿ ਨਹੀਂ ਹੋਇਆ ਸੇਵਾ ਕਰਕੇ? ਮੈਨੂੰ ਇੱਕ ਜਗ੍ਹਾ 'ਤੇ ਦੱਸ ਦਿਓ ਕਿ ਸਰਦਾਰ ਮਨਜੀਤ ਸਿੰਘ ਜੀਕੇ ਨੇ ਤਾਰੀਫ ਕੀਤੀ ਹੋਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕੀਤੀ ਹੋਈ? ਇਹ ਕ੍ਰਿਟੀਸਾਈਜ਼ ਜਿਹੜਾ ਕਰਨਾ ਹੁੰਦਾ ਇਹ ਇਲੈਕਸ਼ਨਾਂ 'ਚ ਜ਼ਰੂਰੀ ਹੁੰਦਾ, ਇਲੈਕਸ਼ਨਾਂ 'ਚ ਤੁਸੀਂ ਕਰੋ, ਤੁਸੀਂ ਦੂਜੇ ਪਾਸੇ ਕਰੋ, ਮਗਰ ਜਿੱਥੇ ਤੁਹਾਡੀ ਕੌਮ ਦੀ ਸ਼ਲਾਘਾ ਦੁਨੀਆ ਕਰ ਰਹੀ ਹੋਏ ਉੱਥੇ ਤੁਸੀਂ ਇਹੋ ਜਿਹੇ ਕੰਮ ਕਰੋ, ਅਤੇ ਮੈਂ ਸਮਝਦਾ ਕਿ ਤੁਹਾਨੂੰ ਆਪ ਗੁਰੂ ਮਹਾਰਾਜ ਦੇ ਅੱਗੇ ਜਾ ਕੇ ਮਾਫ਼ੀ ਮੰਗਣੀ ਚਾਹੀਦੀ। ਅਗਰ ਅਸੀਂ ਗੱਲ ਕਰਦੇ ਹੈਗੇ ਅਮਿਤਾਬ ਬੱਚਨ ਦੀ, ਤੁਸੀਂ ਕਿਹਾ ਹੈਗਾ ਕਿ ਮਨਜਿੰਦਰ ਸਿੰਘ ਸਿਰਸਾ ਹੀ ਜਵਾਬ ਦੇਣਗੇ, ਮੈਂ ਤੁਹਾਡੇ ਤੋਂ ਪੁੱਛਣਾ, ਤੁਹਾਡੀ ਨਜ਼ਰ ਵਿੱਚ ਅਮਿਤਾਬ ਬੱਚਨ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ? ਮੈਂ ਸਵਾਲ ਇਸ ਕਰਕੇ ਪੁੱਛ ਰਿਹਾ ਕਿਉਂਕਿ ਕੱਲ੍ਹ ਤਿਲਕ ਵਿਹਾਰ ਵਿਧਵਾ ਕਲੋਨੀ ਜਿਹਨੂੰ ਅਸੀਂ ਕਹਿੰਦੇ ਵੀਡੀਓਜ਼ ਕਲੋਨੀ, ਮੈਂ ਖੁਦ ਉੱਥੇ ਇੰਟਰਵਿਊਜ਼ ਕੀਤੇ ਨੇ ਕਤਲੇਆਮ ਪੀੜਤਾਂ ਦੇ ਨਾਲ, ਗੱਲ ਕੀਤੀ ਹੈ ਉਹ ਇੱਥੇ ਤੱਕ ਲਵਜ਼ ਔਨ ਰਿਕਾਰਡ, ਹਾਲਾਂਕਿ ਉਹ ਟੈਲੀਕਾਸਟ ਨਹੀਂ ਹੋਇਆ, ਅਸੀਂ ਕੱਲ੍ਹ ਟੈਲੀਕਾਸਟ ਕਰਾਂਗੇ। ਕਤਲੇਆਮ ਪੀੜਤਾਂ ਦਾ ਕਹਿਣਾ ਹੈਗਾ ਕਿ ਅਸੀਂ ਆਪਣੀ ਕਿਡਨੀਆਂ, ਆਪਣੇ ਸਰੀਰ ਦੇ ਅੰਗ ਆਪਣਾ ਘਰ ਵੇਚਣ ਨੂੰ ਤਿਆਰ ਹਾਂ, ਮਗਰ ਦਿੱਲੀ ਕਮੇਟੀ 2 ਕਰੋੜ ਰੁਪਇਆ ਵਾਪਸ ਕਰੇ। ਮਨਜੀਤ ਸਿੰਘ ਜੀਕੇ ਦੀ ਗੱਲ ਛੱਡ ਦਈਏ, ਪਰਮਜੀਤ ਸਿੰਘ ਸਰਨਾ ਦੀ ਗੱਲ ਛੱਡ ਜਾਈਏ, ਉਹ ਰਾਜਨੀਤੀ ਕਰਦੇ ਨੇ, ਤੁਸੀਂ ਕਹਿ ਰਹੇ ਹੋ ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ, ਲੇਕਿਨ ਕਤਲੇਆਮ ਪੀੜਤਾਂ ਦੀ ਜਿਹੜੀ ਆਵਾਜ਼ ਹੈਗੀ ਹੈ ਉਹਦਾ ਤੁਸੀਂ ਕੀ ਜਵਾਬ ਦਿਓ? ਦੇਖੋ, ਮੈਂ ਕਤਲੇਆਮ ਪੀੜਤਾਂ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਸਕਦਾ। ਮੈਂ ਇੰਨੀ ਕੁ ਗੱਲ ਕਹਿ ਸਕਦਾ ਕਿ ਉਹ ਕਤਲੇਆਮ ਪੀੜਤ ਜਿਨ੍ਹਾਂ ਨੂੰ ਇਹ ਅਮਿਤਾਬ ਬੱਚਨ, ਕਿਉਂਕਿ ਇਹ ਸਾਰੀ ਚੀਜ਼ਾਂ ਬਣਾਈਆਂ ਜਾਂਦੀਆਂ, ਹੁਣ ਮੈਂ ਬੋਲਾਂਗਾ ਅੱਜ ਕਿ ਇਹਨਾਂ ਨੂੰ ਕਿਹਨਾਂ ਨੇ ਪ੍ਰੋਵੋਕ ਕੀਤਾ, ਕਿਹਨਾਂ ਨੇ ਇਹਨੂੰ ਬੁਲਵਾਇਆ, ਇਹ ਗੱਲ ਡਿਫਰੈਂਟ ਸ਼ੇਪ ਲੈ ਲਏਗੀ। ਸੋ ਮੈਂ ਸਿਰਫ ਇੰਨੀ ਕੁ ਗੱਲ ਜਾਣਦਾ ਵਾਂ ਕਿ ਉਹ ਜਿਹੜੇ ਪੀੜਤ ਪਰਿਵਾਰ ਹੈਗੇ ਨੇ, ਉਹਨਾਂ ਨੇ 34-35 ਸਾਲਾਂ ਦੇ ਵਿੱਚ ਕਿਉਂ ਨਹੀਂ ਆ ਕੇ ਸਰਦਾਰ HS ਫੁਲਕਾ ਜਿਹੜਾ ਉਹਨਾਂ ਦੇ ਕੇਸ ਲੜਦਾ ਸੀ, ਉਹਨਾਂ ਨਾਲ ਗੱਲ ਕੀਤੀ ਕਿ ਵੀ ਤੁਸੀਂ ਦੇ ਕੇਸ ਖੋਲੋ,
ਇਹ ਗੱਲਾਂ ਕਿਉਂਕਿ ਦੂਜੀ ਸ਼ੇਪ ਲੈ ਲੈਣਗੀਆਂ, ਕਿਉਂਕਿ ਮੈਂ ਅਮਿਤਾਭ ਬੱਚਨ ਦਾ ਵਕੀਲ ਨਹੀਂ ਹਾਂ, ਨਾ ਮੈਂ ਉਹਨੂੰ ਕੋਈ ਕਲੀਨ ਚਿੱਟ ਦੇ ਰਿਹਾ, ਮੇਰੀ ਕੌਮ ਮੇਰੇ ਨਾਲ ਮੇਰੇ ਵਾਸਤੇ ਪਹਿਲੇ ਵੇ, ਬਟ ਮੇਰੇ ਕੋਲ ਇਹ ਇਖਤਿਆਰ ਨਹੀਂ ਹੈ ਕਿ ਗੁਰੂ ਘਰ ਦੇ ਵਿੱਚ ਦਾ ਫੈਸਲਾ ਮੈਂ ਕਰਾਂ ਕਿ ਗੁਰੂ ਘਰ ਦੇ ਵਿੱਚ ਕਿਹਦੇ ਪੈਸੇ ਪ੍ਰਵਾਨ ਹੋਣਗੇ ਕਿਹਦੇ ਨਹੀਂ ਹੋਣਗੇ। ਮੇਰਾ ਮੇਰੀ ਲਾਈਨ ਇਹ ਵੇ, ਮੈਂ ਕਿਸੇ ਦਾ ਵਕੀਲ ਬਣ ਕੇ ਗੱਲ ਨਹੀਂ ਕਰਦਾ, ਨਾ ਮੈਂ ਮੇਰੇ ਵਾਸਤੇ ਮੇਰੀ ਕਮਿਊਨਿਟੀ ਪਹਿਲੇ ਵੇ, ਔਰ ਉਸ ਕਮਿਊਨਿਟੀ ਦਾ ਸਿਰ ਉੱਚਾ ਕਰਨ ਵਾਸਤੇ ਮੈਂ ਅੱਜ ਆਪਣੇ ਸਿਰ ਧੜਦੀ ਬਾਜੀ ਲਾ ਕੇ ਇੱਥੇ ਬੈਠ ਕੇ ਲੋਕਾਂ ਦੀ ਸੇਵਾ ਕਰ ਰਿਹਾ। ਅਗਲਾ ਸਵਾਲ, ਤੁਹਾਡੀ ਨਜ਼ਰ ਦੇ ਅੰਦਰ ਅਮਿਤਾਭ ਬੱਚਨ 84 ਦੇ ਕਤਲੇਆਮਾਂ ਦੀ ਲਿਸਟ ਦੇ ਅੰਦਰ ਆਉਂਦੇ ਨੇ ਕਿ ਨਹੀਂ, ਚਾਹੇ ਸ਼ੱਕੀ ਕਹਿ ਲਈਏ ਚਾਹੇ ਲਿਸਟੀ ਚੰਦਨ, ਤੁਸੀਂ ਉਹਨਾਂ ਨੂੰ ਮੰਨਦੇ ਹੋ ਕਿ ਸਿੱਧੇ ਅਸਿੱਧੇ ਤੌਰ ਦੇ ਉੱਤੇ ਅਮਿਤਾਭ ਬੱਚਨ ਦਾ ਇਸ ਕਤਲੇਆਮ ਵਿੱਚ ਹੱਥ ਹੈ, ਜਿਸ ਤਰੀਕੇ ਦੇ ਇਲਜ਼ਾਮ ਉਹਨਾਂ ਦੇ ਉੱਤੇ ਲੱਗਦੇ ਆ ਰਹੇ ਨੇ? ਦੇਖੋ ਮੇਰੇ, ਮੈਂ ਤਾਂ ਇਹ ਗੱਲ ਕਰ ਰਿਹਾ, ਮੈਂ ਇਲਜ਼ਾਮ ਉਹਨੂੰ ਮੰਨਾਂ ਜਦੋਂ ਉਹਦੇ ਖਿਲਾਫ ਕੋਈ ਕੋਰਟ ਦੇ ਵਿੱਚ ਕਾਰਵਾਈ ਹੋਈ, ਕੋਈ ਕੇਸ ਹੋਇਆ ਹੋਵੇ। ਮੈਂ ਉਹਨੂੰ ਇਸ ਇੰਨੀ ਡੈਪਥ 'ਚ ਗਿਆ ਹੀ ਨਹੀਂ ਕਿ ਉਹਦੇ ਨੇ ਕੀ ਕੀਤਾ ਜਾਂ ਕੀ ਬੋਲਿਆ, ਇਹ ਤਾਂ ਹੁਣ ਸੁਣੀ ਸੁਣਾਈ ਗੱਲਾਂ ਨੇ ਕਿ ਉਹਨੇ ਬੋਲਿਆ ਜਿਹੜੀ ਗੱਲ ਤੁਸੀਂ ਸਾਰੇ ਕਹਿ ਰਹੇ ਹੋ, ਮਗਰ ਮੈਂ ਉਸ ਗੱਲ ਦੇ ਉੱਤੇ ਕਿਸ ਤਰ੍ਹਾਂ ਕਿਸੇ ਨੂੰ ਦੋਸ਼ੀ ਕਹਿ ਸਕਦਾ, ਕਿਸੇ ਨੂੰ ਕਲੀਨ ਚਿੱਟ ਦੇ ਸਕਦਾ, ਇਹ ਮੇਰਾ ਇਖਤਿਆਰ ਤਾਂ ਹੈ ਹੀ ਨਹੀਂ, ਔਰ ਨਾ ਹੀ ਮੈਂ ਕਦੀ ਕਿਸੇ ਨੂੰ ਸੁਣਿਆ। ਹਾਂ, ਕੋਰਟਾਂ ਦੇ ਵਿੱਚ ਅਸੀਂ ਸੱਜਣ ਕੁਮਾਰ ਦੇ ਖਿਲਾਫ਼ ਕੋਰਟਾਂ 'ਚ ਲੜਾਈ ਲੜੀ ਹੈ, ਅਸੀਂ ਜਗਦੀਸ਼ ਟੈਟਲਰ ਦੇ ਖਿਲਾਫ਼ ਲੜੀ ਹੈ, ਕਿਉਂਕਿ ਚਾਰਜਸ਼ੀਟ ਸੀ, ਸਬੂਤ ਸੀ, ਸਾਰਾ ਕੁਝ ਹੋਇਆ, ਔਰ ਉਸ ਲੜਾਈ ਨੂੰ ਕੰਟੀਨਿਊ ਕਰਦੇ ਆਏ, ਕਿਉਂਕਿ ਅਸੀਂ ਉਸ ਵਕਤ ਛੋਟੇ ਹੁੰਦੇ ਸੀ, ਮਗਰ ਇਹ ਲੜਾਈ ਲੜਦੀ ਆ ਰਹੀ ਸੀ ਅਤੇ ਅਸੀਂ ਅੱਗੋਂ ਨੂੰ ਕੰਟੀਨਿਊ ਕੀਤੀ ਹੈ ਆਪਣੇ, ਔਰ ਜਿੱਤੇ ਵੀ ਹਾਂ। ਔਰ ਇਹੀ ਲੜਾਈ ਅਗਰ 34-35 ਸਾਲਾਂ ਤੋਂ ਲੱਗੀ ਹੁੰਦੀ ਲੜਾਈ ਹੁੰਦੀ ਤਾਂ 100% ਅਸੀਂ ਉਹ ਕਮਿਊਨਿਟੀ ਦੇ ਨਾਲ ਇਸ ਗੱਲ ਦੇ ਉੱਤੇ ਲੜਾਈ ਲੜਦੇ ਇਸ ਚੀਜ਼ ਦੇ ਉੱਤੇ, ਬਟ ਅੱਜ ਕੋਈ ਕਿੰਤੂ ਪਰੰਤੂ ਕਰੇ ਕਿ ਸਿਰਫ ਇਸ ਗੱਲ ਦੇ ਉੱਤੇ ਕਿ ਉਹਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਤਾ ਇਸ ਚੀਜ਼ ਦੇ ਉੱਤੇ, ਅਤੇ ਮੈਂ ਸਮਝਦਾ ਕਿ ਲੋਕਾਂ ਨੂੰ ਵੀ ਇਸ ਚੀਜ਼ ਦੇ ਉੱਤੇ ਧਿਆਨ ਰੱਖਣਾ ਚਾਹੀਦਾ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਹਰਮੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਆਪਣੇ ਪ੍ਰੋਗਰਾਮ ਨੂੰ ਸੌਂਪਤੀ ਵੱਲ ਲੈ ਕੇ ਜਾਂਦੇ ਹਾਂ। ਅਸੀਂ ਚਾਹੁੰਦੇ ਹੈਗੇ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਵੀ ਦੁਨੀਆ ਦੇ ਅੱਗੇ ਜ਼ਰੂਰ ਆਏ, ਕਿਉਂਕਿ ਨਿਸ਼ਪੱਖ ਮੀਡੀਆ ਦਾ ਰੋਲ ਹੁੰਦਾ ਕਿ ਆਪਾਂ ਦੋਨੋਂ ਧਿਰਾਂ ਦੀ, ਦੋਨੋਂ ਪਾਸਿਆਂ ਦੀ ਗੱਲ ਕਰੀਏ। ਤੁਹਾਡੇ ਸਾਹਮਣੇ ਦਿੱਲੀ ਕਮੇਟੀ ਦਾ ਪੱਖ ਹਰਮੀਤ ਸਿੰਘ ਕਾਲਕਾ ਜੀ ਨੇ ਰੱਖਿਆ, ਅਸੀਂ ਲੈਂਦੇ ਹਾਂ ਤਾਂ ਇਹਨਾਂ ਤੋਂ ਇਜਾਜ਼ਤ, ਧੰਨਵਾਦ ਕਰਨੇ ਹਰਮੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।